ਜੰਮੂ ਤੋਂ ਪੈਦਲ ਹੀ ਪਹੁੰਚ ਗਿਆ ਸਿੱਧੂ ਦੇ ਪਿੰਡ ਮੂਸੇ ਸਿੱਧੂ ਦਾ ਫੈਨ ਯਾਦਗਾਰ ਤੇ ਸਿੱਧੂ ਨੂੰ ਕੀਤਾ ਸਜਦਾ ਮਾਤਾ ਕੋਲ ਪਹੁੰਚ ਮਿਲ ਹੋ ਗਿਆ ਭਾਵਕ ਅੱਖਾਂ ਚੋਂ ਵਗਣ ਲੱਗੇ ਦੋਵਾਂ ਦੇ ਹੰਝੂ ਸਿੱਧੂ ਮੂਸੇਵਾਲਾ ਦੇ ਫੈਨਜ਼ ਦੀ ਕਮੀ ਨਹੀਂ ਹੈ ਤੇ ਸਿੱਧੂ ਦੇ ਫੈਨ ਲਗਾਤਾਰ ਆਪਣੀ ਜੋ ਸ਼ਿੱਦਤ ਹੈ ਸਿੱਧੂ ਦੇ ਲਈ ਜੋ ਪਿਆਰ ਹੈ ਉਹ ਸਿੱਧੂ ਪਰਿਵਾਰ ਨਾਲ ਮਿਲ ਕੇ ਜ਼ਾਹਰ ਕਰਦੇ ਨੇ ਅਜੇ ਫੈਨ ਸਿੱਧੂ ਦਾ ਜੰਮੂ ਤੋਂ ਪੈਦਲ ਆਇਆ ਹੈ ਹੱਥ ਦੇ ਵਿੱਚ ਤਿਰੰਗਾ ਲੱਗਿਆ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਇਸ ਨੇ ਜਦੋਂ ਸਿੱਧੂ ਦੀ ਤਸਵੀਰ ਨੂੰ ਦੇਖਿਆ ਸਿੱਧੂ ਦੇ ਸਟੈਚੂ ਨੂੰ ਦੇਖਿਆ ਤਾਂ ਬਹੁਤ ਜ਼ਿਆਦਾ ਭਾਵਕ ਹੋ ਗਿਆ ਅੱਖਾਂ ਦੇ ਵਿੱਚੋਂ ਹੰਝੂ ਸੁੱਟਣ ਲੱਗਿਆ ਤੇ ਇੱਕੋ ਹੀ ਗੱਲ ਸਿੱਧੂ ਦੇ ਸਟੈਚੂ ਨੂੰ ਕਹਿਣ ਲੱਗਾ ਕਿ ਤੂੰ ਸਿੱਧੂ ਆ ਅਮਰ ਰਹੇਗਾ ਸੜਕ ਤੇ ਆਉਂਦੇ ਇਸ ਨੌਜਵਾਨ ਦੀਆਂ ਤਸਵੀਰਾਂ ਨੇ ਇਹ ਜੰਮੂ ਤੋਂ ਪੈਦਲ ਲਿਫਟ ਲੈ ਲੈ ਕੇ ਮੁਸੇ ਤੱਕ ਪਹੁੰਚਿਆ ਤੇ ਜਦੋਂ ਇਹ ਯਾਦਗਾਰ ਤੇ ਪਹੁੰਚਦਾ ਤਾਂ ਬਹੁਤ ਹੀ ਜ਼ਿਆਦਾ ਗਮਗੀਨ ਮਾਹੌਲ ਹੋ ਜਾਂਦਾ ਕਿਉਂਕਿ ਇਸ ਨੇ ਸਿੱਧੂ ਨੂੰ ਕਦੇ ਵੀ ਨਹੀਂ ਸੀ ਮਿਲਿਆ ਤੇ ਇਸ ਨੇ ਸਿੱਧੂ ਦੀ ਯਾਦਗਾਰ ਤੇ ਆਉਣ ਦਾ ਜੋ ਸੁਪਨਾ ਸੀ ਅੱਜ ਉਹ ਪੂਰਾ ਹੋ ਗਿਆ ਕਿਤੇ ਨਾ ਕਿਤੇ ਇਸ ਦੇ ਲਈ ਚੈਲੰਜ ਵੀ ਸੀ ਕਿ ਤੁਰ ਕੇ ਲਿਫਟ ਲੈ ਕੇ ਹੇਮਪਿੰਡ ਮੂਸੇ ਕਿਸ ਤਰੀਕੇ ਪਹੁੰਚੇਗਾ ਤਾਂ ਪਹੁੰਚਣ ਸਾਰ ਇਹ ਨੌਜਵਾਨ ਵੀਡੀਓ ਬਣਾਉਣ ਲੱਗ ਗਿਆ ਜੰਮੂ ਤੋਂ ਆਇਆ ਸੀ ਹੱਥ ਦੇ ਵਿੱਚ ਤਿਰੰਗਾ ਇਸ ਕਰਕੇ ਵੀ ਪਿਆਰ ਦਾ ਪ੍ਰਤੀਕ ਜਿਵੇਂ ਸਿੱਧੂ ਦੀਆਂ ਗੱਲਾਂ ਹੁੰਦੀਆਂ ਸੀ ਸਿੱਧੂ ਦੀਆਂ ਗੱਲਾਂ ਤੋਂ ਪ੍ਰਭਾਵਤ ਇਹ ਨੌਜਵਾਨ ਜਦੋਂ ਸਿੱਧੂ ਦੀ ਯਾਦਗਾਰ ਤੇ ਪਹੁੰਚਦਾ ਤਾਂ ਬਹੁਤ ਹੀ ਜ਼ਿਆਦਾ ਭਾਵਕ ਕਰ ਦੇਣ ਵਾਲੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਵੀ ਬਹੁਤ ਸਾਰੇ ਸਿੱਧੂ ਦੀ ਯਾਦਗਾਰ ਤੇ ਆਉਂਦੇ ਨੇ ਪਰ ਅੱਜ ਜੋ ਇਸ ਨੌਜਵਾਨ ਨੇ ਸਿੱਧੂ ਨੂੰ ਮਿਲਣ ਤੋਂ ਪਹਿਲਾਂ ਉਸ ਦਸਹਿਜਦਾ ਕਰਨ ਤੋਂ ਪਹਿਲਾਂ ਆਪਣੇ ਜੁੱਤੇ ਉਤਾਰੇ ਤੇ ਫਿਰ ਨੰਗੇ ਪੈਰ ਇਸ ਨੇ ਉਹ ਥਾਪੀ ਮਾਰ ਕੇ ਦਰਸਾਇਆ ਕਿ ਸਿੱਧੂ ਦਾ ਪਿਆਰ ਕਿੱਥੋਂ ਕਿੱਥੋਂ ਤੱਕ ਪਹੁੰਚਿਆ ਹੋਇਆ ਸੀ ਤੇ ਇਸ ਨੇ ਸਿੱਧੂ ਨੂੰ ਵੀ ਇਹੀ ਗੱਲ ਕਹੀ ਕਿ ਤੂੰ ਅਮਰ ਰਹੇਗਾ ਜੱਟਾ ਤੂੰ ਕਦੇ ਨਹੀਂ ਮੁਕਣਾ ਤੇ ਇਸ ਨੇ ਇਹ ਵੀ ਕਿਹਾ ਕਿ ਜੰਮੂ ਦੇ ਵਿੱਚ ਸਿੱਧੂ ਨੂੰ ਪਿਆਰ ਕਰਨ ਵਾਲੇ ਬਹੁਤ ਨੇ ਤੇ ਅੱਜ ਉਸੇ ਪਿਆਰ ਕਰਕੇ ਮੈਂ ਵੀ ਇੱਥੇ ਆਇਆ ਤੇ ਇਸਨੇ ਥਾਪੀ ਮਾਰ-ਮਾਰ ਕੇ ਇਸ ਗੱਲ ਦਾ ਇਜ਼ਹਾਰ ਵੀ ਕੀਤਾ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਨੇ ਤੇ ਸਿੱਧੂ ਬਹੁਤ ਜ਼ਿਆਦਾ ਚੰਗਾ ਸੀ ਜਦੋਂ ਹਵੇਲੀ ਪਹੁੰਚਿਆ ਹਵੇਲੀ ਪਹੁੰਚਣ ਦੀਆਂ ਤਸਵੀਰਾਂ ਨੇ ਤੇ ਜਦੋਂ ਹਵੇਲੀ ਪਹੁੰਚਦਾ ਹੈ ਤਾਂ ਪੁਲਿਸ ਆਪਣੀ ਡਿਊਟੀ ਮੁਤਾਬਕ ਬਹੁਤ ਪੁੱਛਗਿੱਛ ਕਰਦੀ ਹੈ ਤੇ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਇਹ ਨੌਜਵਾਨ ਹਵੇਲੀ ਦੇ پاس ਪਹੁੰਚ ਜਾਂਦਾ ਹੈ ਤੇ ਪੁਲਿਸ ਵਾਲਿਆਂ ਨੂੰ ਸਾਰੀ ਗੱਲਬਾਤ ਦੱਸਦਾ ਹੈ ਕਿ ਇਸਨੇ ਸਿੱਧੂ ਦੀ ਮਾਤਾ ਨੂੰ ਮਿਲਣਾ ਤਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਤੇ ਇਸ ਨੌਜਵਾਨ ਨੂੰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਮਿਲ ਜਾਂਦੀ ਹੈ ਤੇ ਜਦੋਂ ਮਿਲਦਾ ਹੈ ਮਾਤਾ ਨੂੰ ਸ਼ਾਮ ਦਾ ਸਮਾਂ ਹੁੰਦਾ ਹੈ ਤੇ ਅੱਖਾਂ ਦੇ ਵਿੱਚ ਹੰਝੂ ਉਸ ਸਮੇਂ ਆ ਜਾਂਦੇ ਨੇ ਜਦੋਂ ਇਹ ਨੌਜਵਾਨ ਮਾਤਾ ਨੂੰ ਮਿਲਦਾ ਤੇ ਆਪਣੀ ਯਾਦਗਾਰ ਬਣਾਉਣ ਦੇ ਲਈ ਉਹ ਤਸਵੀਰ ਖਿੱਚਵਾਉਂਦਾ ਹੈ ਤਮਾਤਾ ਪੁੱਛਦੇ ਨੇ ਵੀ ਕਿੱਥੋਂ ਆਇਆ ਤਾਂ ਇਹ ਦੱਸਦਾ ਵੀ ਮੈਂ ਪੈਦਲ ਜੰਮੂ ਤੋਂ ਆਇਆ ਤੇ ਉਸ ਸਮੇਂ ਭਾਵਕ ਮਾਹੌਲ ਬਣ ਜਾਂਦਾ ਜਦੋਂ ਇਸ ਨੇ ਇਹ ਗੱਲ ਦੱਸੀ ਕਿ ਤੁਹਾਡੇ ਲੜਕੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਮੂਸੇ ਦਾ ਨਾਂ ਰੌਸ਼ਨ ਕੀਤਾ ਹੈ ਬਾਕੀ ਵੀ ਸਿੱਧੂ ਗੱਲਾਂ ਸੱਚ ਲਿਖਦਾ ਸੀ ਤੇ ਸੱਚ ਗਾਉਂਦਾ ਸੀ ਇਹ ਗੱਲ ਕਹਿ ਕੇ ਇਸ ਨੌਜਵਾਨ ਦੀ ਅੱਖਾਂ ਦੇ ਵਿੱਚੋਂ ਹੰਝੂ ਵਗ ਗਏ ਉਹ ਭਾਵਕ ਮਾਹੌਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸਤ ਕਦਰ ਸਿੱਧੂ ਦਾ ਫੈਨ ਜੰਮੂ ਤੋਂ ਪੈਦਲ ਆ ਜਾਂਦਾ ਹੈ ਅਜਿਹਾ ਫੈਨ ਜੋ ਬਹੁਤ ਜ਼ਿਆਦਾ ਭਾਵੁਕ ਹੋ ਜਾਂਦਾ ਅੱਖਾਂ ਚੋਂ ਵਗਦੇ ਹੰਝੂ ਸਾਫ਼-ਸਾਫ਼ ਦਿਖਾਈ ਦੇ ਰਹੇ ਨੇ ਗੱਲ ਵੀ ਨਹੀਂ ਹੋਈ ਇਸ ਨੌਜਵਾਨ ਤੋਂ ਤੇ ਮਾਤਾ ਨੇ ਹੌਸਲਾ ਦਿੱਤਾ ਚਾਹ ਪੀਣ ਲਈ ਕਿਹਾ ਇਹ ਬਹੁਤ ਜਿਆਦਾ ਪਿਆਰ ਹੈ ਸਿੱਧੂ ਦੇ ਲਈ ਸਿੱਧੂ ਦੇ ਫੈਨਸ ਦਾ ਅਜਿਹੇ ਬਹੁਤ ਸਾਰੇ ਫੈਨਸ ਨੇ ਜਿਹੜੇ ਬਹੁਤ ਦੂਰੋਂ ਦੂਰੋਂ ਚੱਲ ਕੇ ਸਿੱਧੂ ਦੀ ਹਵੇਲੀ ਪਹੁੰਚਦੇ ਨੇ ਹੁਣ ਸੁਣੋ ਉਸ ਨੌਜਵਾਨ ਨੇ ਹੋਰ ਕੀ ਕੁਝ ਕਿਹਾ ਤੇ ਕਮੈਂਟ ਵਿੱਚ ਦੱਸੋ ਤੁਸੀਂ ਵੀ ਕਿੱਥੋਂ ਕਿੱਥੋਂ ਆ ਕੇ ਸਿੱਧੂ ਦੀ ਯਾਦਗਾਰ ਤੇ ਪਹੁੰਚੇ ਹੋ ਮੇਰਾ ਨਾਮ ਨਾਸਰ ਆਲਾ ਆਇਆ ਹੂੰ ਜੰਮੂ ਕਸ਼ਮੀਰ ਡਿਸਟ੍ਰਿਕਟ ਡੋਡਾ ਚਨਾਵ ਵੈਲੀ ਸੇ ਸਰ ਦਾ ਬਹੁਤ ਵੱਡਾ ਫੈਨ ਥਾ ਮੈਂ ਸਰ ਕੇ ਗਾਣੇ ਹਮ ਕਾਫੀ ਜ਼ਿਆਦਾ ਸੁਣਤੇ تھے ਹਮਾਰੇ ਜੰਮੂ ਕਸ਼ਮੀਰ ਕੇ ਅੰਦਰ ਤੋਂ ਉਸੀ ਉਹ ਜੋ ਗਾਣੇ ਦੀ ਜੋ ਫੀਲਿੰਗ ਹੈ ਨਾ ਉਹ ਮੈਨੂੰ ਇੱਥੇ ਪੇ ਲੈ ਕੇ ਆਈ ਹੈ तो नॉर्मली मुझे तीन दिन हो गए ट्रैवल कर रहा हूँ मैं लिफ्ट मांग मांग के और पैदल ट्रैवल कर रहा हूँ मैं तो यहाँ तक जब मैं पहुँचा पंजाब के लोगों की काफ़ी ज़्यादा हेल्प मिली मुझे इस सफर में जो जर्नी है जो मेरी स्टार्ट हुई है तो इस बीच में मुझे पंजाब के लोगों की काफ़ी ज़्यादा हेल्प मिली जैसे लिफ्ट लगा मांगने में रोकने लगे खाने के बारे में पूछने लगे कहीं पर नाइट स्टे किया वहाँ के लिए पूछने लगे गुरुद्वारा में नाइट स्टे किया तो काफ़ी ज़्यादा खुशी होती है कि पंजाब के लोगों से इतनी ज़्यादा हेल्प मिली मुझे कब फॉलो करते थे सिद्धू मूसे सर को बहुत पहले से फॉलो करते थे हम कोई नॉर्मली चार पांच साल से तो मैं उनका गाना सुन रहा हूँ ज्यादा सिद्धू मुसे सर की जो उनकी जो सिंपल सिटी थी ना वो जो बोलते हैं धरती के साथ जुड़े हुए बंदे बस मिट्टी के साथ जुड़े वो वो सबसे ज्यादा वही तो हमारे जम्मू कश्मीर में बोलते हैं कि सिद्धू सर जो थे वो धरती के साथ जुड़े हुए बंदे थे मिट्टी के साथ जुड़े हुए बंदे, बंदे थे यहाँ पे आके मुझे काफी ज्यादा खुश खुशी फील हो रही है इतनी ज्यादा खुशी फील हो रही है कि मैं वो अपने लफ्ज ना इजहार नहीं कर पा रहा हूँ तो बस खुद ही देख लो मैं पैदल चल रहा हूँ तो बस इसी पैदल के बीच में मेरी खुशी जो है ना यही खुशी थी कि मैं एक बार इनसे मिलूँ तो ये तिरंगा क्यों उठाया तिरंगे तिरंगा तिरंगे का ये है कि मैं जम्मू कश्मीर से हूँ तो जम्मू कश्मीर के आप सबको पता है जम्मू कश्मीर के बारे में बहुत कुछ बोलते हैं ये इसलिए ये जम्मू कश्मीर से प्यार लेके आया हूँ और खुद भी ट्रैवल कर रहा हूँ ऑल इंडिया ट्रैवल कर रहा हूँ मैं तो ये प्यार है ये पूरे हिंदुस्तान के कोने कोने में फैलाना है आज मिलोगे मम्मी पापा से तो कोशिश करूँगा कोशिश करूंगा मैं क्या सोचा है अगर मिलते हैं तो क्या बात करते हैं बस दिल जब दिल से जो बात निकलेगी वही अभी कुछ सोचा नहीं हम लेकिन जो दिल से बात निकलेगी वही उनके फादर साहब से बात करना चाहता हूँ